ਦਿੱਲੀ 'ਚ ਆਪ ਵਿਧਾਇਕ ਦੇ ਘਰ ਈਡੀ ਦੀ ਰੇਡ ਦੀ ਖਬਰ। ਅਮਾਨਤੁੱਲਾ ਖਾਨ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ਮੈਨੂੰ ਗ੍ਰਿਫਤਾਰ ਕਰਨ ਆਈ ਹੈ ਈਡੀ। ਪੰਜਾਬ ਵਿਧਾਨ ਸਭਾ ਦਾ 3 ਰੋਜ਼ਾ ਮੌਨਸੂਨ ਸੈਸ਼ਨ ਅੱਜ ਤੋਂ। ਪੰਚਾਇਤੀ ਸੋਧ ਐਕਟ ਸਮੇਤ ਕਈ ਅਹਿਮ ਬਿੱਲ ਪਾਸ ਕਰਵਾਏਗੀ ਸਰਕਾਰ। ਅਗਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ। ਅੱਜ ਪੰਜਾਬ ਵਿਧਾਨ ਸਭਾ ਵੱਲ ਕੂਚ ਕਰਨਗੀਆਂ ਕਿਸਾਨ ਜਥੇਬੰਦੀਆਂ। ਪ੍ਰਸ਼ਾਸਨ ਨੇ 11 ਵਫਦ ਨੂੰ ਅੱਗੇ ਜਾਣ ਦੀ ਦਿੱਤੀ ਹੈ ਇਜਾਜ਼ਤ 5 ਸਪਟੈਂਬਰ ਤੱਕ ਲਈ। ਬੀ ਕਈ ਉਗਰਾਹਾਂ ਨੇ ਚੰਡੀਗੜ੍ਹ 'ਚ ਲਗਾਇਆ ਹੋਇਆ ਹੈ ਮੋਰਚਾ। ਸ਼ੰਭੂ ਬਾਰਡਰ ਖੋਲ੍ਹੇ ਜਾਣ ਨੂੰ ਲੈ ਕੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ। ਪਿਛਲੀ ਸੁਣਵਾਈ 'ਚ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਕਿਸਾਨਾਂ ਨਾਲ ਬੈਠਕਾਂ ਜਾਰੀ ਰੱਖਣ ਦੇ ਦਿੱਤੇ ਸੀ ਨਿਰਦੇਸ਼। ਅੱਜ ਤੋਂ ਹੋਵੇਗੀ ਬੀਜੇਪੀ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ। ਪੀਐਮ ਮੋਦੀ ਦੀ ਮੈਂਬਰਸ਼ਿਪ ਨੂੰ ਕੀਤਾ ਜਾਵੇਗਾ ਰੀਨਿਊ। ਪੀਐਮ ਮੋਦੀ ਨੂੰ ਮੁੜ ਮੈਂਬਰਸ਼ਿਪ ਦਿਵਾਉਣਗੇ ਜੇਪੀ ਨੱਡਾ। ਪੈਂਡਿੰਗ ਆਰਡੀਐਫ ਦੇ ਮਾਮਲੇ 'ਚ ਅੱਜ ਸੁਪਰੀਮ ਕੋਰਟ 'ਚ ਸੁਣਵਾਈ। ਪੰਜਾਬ ਸਰਕਾਰ ਵੱਲੋਂ ਦਾਇਰ ਹੈ ਪਟੀਸ਼ਨ। ਕੇਂਦਰ ਤੋਂ 4200 ਕਰੋੜ ਦੇ ਫੰਡ ਜਾਰੀ ਕਰਨ ਦੀ ਹੈ ਮੰਗ। ਅਜਨਾਲਾ ਦੇ ਇਲਜ਼ਾਮ ਅਤੇ ਹਰਜਿੰਦਰ ਸਿੰਘ ਮਾਝੀ ਦਾ ਪਲਟਵਾਰ। ਨਿਊਜ਼ 18 ਤੇ ਬੋਲੇ ਬਾਦਲਾਂ ਦੀ ਬੋਲੀ ਬੋਲ ਰਹੇ ਅਮਰੀਕ ਸਿੰਘ ਅਜਨਾਲਾ। ਸਿੱਖਾਂ ਨੂੰ ਹੀ ਬੇਅਦਬੀ ਦਾ ਮੁਲਜ਼ਮ ਬਣਾਉਣ ਦੀ ਸਾਜ਼ਿਸ਼। ਬਿਆਸ ਦਰਿਆ 'ਚ ਡੁੱਬੇ 4 ਨੌਜਵਾਨ। ਜਲੰਧਰ ਤੋਂ ਮੂਰਤੀ ਵਿਸਰਜਨ ਕਰਨ ਆਏ ਸਨ ਸਾਰੇ। ਨਹਾਉਂਦੇ ਸਮੇਂ ਵਾਪਰਿਆ ਹਾਦਸਾ। ਜੰਡਾਲਾ ਦੇ ਪਿੰਡ ਨੰਗਲ ਗੁਰੂ ਦੇ ਇੱਕ ਘਰ 'ਚ ਧਮਾਕਾ। ਗੈਰ ਕਾਨੂੰਨੀ ਢੰਗ ਨਾਲ ਬਣਾਏ ਜਾ ਰਹੇ ਸੀ ਪਟਾਕੇ। ਇੱਕ ਮਹਿਲਾ ਸਮੇਤ 6 ਵਿਅਕਤੀ ਹੋਏ ਜ਼ਖਮੀ। ਪੰਜਾਬ ਅਤੇ ਚੰਡੀਗੜ੍ਹ 'ਚ ਫਿਰ ਬਦਲਿਆ ਮੌਸਮ। ਕਈ ਇਲਾਕਿਆਂ 'ਚ ਸਵੇਰ ਤੋਂ ਹੀ ਪੈ ਰਿਹਾ ਮੀਂਹ। ਅੱਜ ਤੇ ਕੱਲ੍ਹ ਲਈ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ। ਪੈਰਿਸ ਪੈਰਾਓਲੰਪਿਕਸ 'ਚ ਭਾਰਤ ਨੂੰ 2 ਹੋਰ ਮੈਡਲਸ। ਨਿਸ਼ਾਦ ਕੁਮਾਰ ਨੇ ਹਾਈ ਜੰਪ 'ਚ ਜਿੱਤਿਆ ਸਿਲਵਰ ਤਾਂ ਪ੍ਰੀਤੀ ਪੌਲ ਨੇ 200 ਮੀਟਰ ਰੇਸ 'ਚ ਬ੍ਰੌਂਜ਼ ਕੀਤਾ ਆਪਣੇ ਨਾਂ। ਹੁਣ ਤੱਕ ਭਾਰਤ ਦੇ ਖਾਤੇ 'ਚ 7 ਮੈਡਲਸ। 2 ਵਜੇ ਸੈਸ਼ਨ ਦੀ ਸ਼ੁਰੂਆਤ ਹੋਈ ਅਤੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ। 4 ਸਪਟੈਂਬਰ ਤੱਕ ਆਹ ਮੌਨਸੂਨ ਇਜਲਾਸ ਚੱਲੇਗਾ, ਯਾਨੀ ਕਿ 2, 3 ਤੇ 4 ਸਪਟੈਂਬਰ ਨੂੰ ਮੌਨਸੂਨ ਇਜਲਾਸ ਹੈ। ਪੰਚਾਇਤੀ ਸੋਧ ਸਮੇਤ ਕਈ ਅਹਿਮ ਬਿੱਲ ਪਾਸ ਜੋ ਹੈ ਸਰਕਾਰ ਦੇ ਵੱਲੋਂ ਕਰਵਾਏ ਜਾਣਗੇ ਇਸ ਮੌਨਸੂਨ ਇਜਲਾਸ 'ਚ। 4 ਸਪਟੈਂਬਰ ਤੱਕ ਆਹ ਮੌਨਸੂਨ ਇਜਲਾਸ ਚੱਲੇਗਾ। ਅੱਜ ਪਹਿਲਾ ਦਿਨ ਹੈ ਅਤੇ ਅੱਜ ਵਿਛੜੀਆਂ ਰੂਹਾਂ ਨੂੰ ਸਭ ਤੋਂ ਪਹਿਲਾਂ ਸ਼ਰਧਾਂਜਲੀ ਜੋ ਹੈ ਉਹ ਦਿੱਤੀ। ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਅੱਜ 2 ਵਜੇ ਸੈਸ਼ਨ ਦੀ ਜੋ ਕਾਰਵਾਈ ਹੈ ਉਹ ਸ਼ੁਰੂ ਕੀਤੀ ਜਾਏਗੀ। ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ। 4 ਸਪਟੈਂਬਰ ਤੱਕ ਆ ਮੌਨਸੂਨ ਇਜਲਾਸ ਚੱਲੇਗਾ, ਜੋ ਕਈ ਅਹਿਮ ਬਿੱਲ ਨੇ ਪੰਜਾਬ ਸਰਕਾਰ ਦੇ ਵੱਲੋਂ ਇਸ ਮੌਨਸੂਨ ਇਜਲਾਸ 'ਚ ਪਾਸ ਕੀਤੇ ਜਾਣਗੇ। ਇਸ ਸੈਸ਼ਨ 'ਚ ਪੰਚਾਇਤੀ ਸੋਧ ਐਕਟ ਸਭ ਤੋਂ ਅਹਿਮ ਬਿੱਲ ਮੰਨਿਆ ਜਾ ਰਿਹਾ ਹੈ। ਉਸ 'ਚ ਸੋਧ ਕਰਨ ਦੀ ਤਿਆਰੀ 'ਚ ਹੈ ਪੰਜਾਬ ਸਰਕਾਰ, ਜਿਸ ਦੀ ਸੋਧ ਜੋ ਹੈ ਉਹ ਕੀਤਾ ਜਾਵੇਗਾ। 4 ਸਪਟੈਂਬਰ ਤੱਕ ਆਮ ਮੌਨਸੂਨ ਇਜਲਾਸ ਚੱਲੇਗਾ, 2, 3 ਤੇ 4 ਸਪਟੈਂਬਰ। ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਅੱਜ ਪਹਿਲਾ ਦਿਨ ਹੈ। ਅੱਜ 2 ਵਜੇ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਏਗੀ। ਹਾਲਾਂਕਿ ਅੱਜ ਕੋਈ ਜ਼ਿਆਦਾ ਕੰਮ ਨਹੀਂ ਹੋਏਗਾ, ਬਸ ਵਿਛੜੀਆਂ ਰੂਹਾਂ ਨੂੰ ਹੀ ਸ਼ਰਧਾਂਜਲੀ ਪਹਿਲੇ ਦਿਨ ਦਿੱਤੀ ਜਾਏਗੀ। ਅਤੇ ਪਹਿਲੇ ਦਿਨ ਅੱਜ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ। ਉਸ ਤੋਂ ਬਾਅਦ ਜੇ ਅਸੀਂ ਕੱਲ੍ਹ ਦਾ ਜ਼ਿਕਰ ਕਰੀਏ ਤਾਂ ਪ੍ਰੋਪਰ ਤਰੀਕੇ ਨਾਲ ਜੋ ਸੈਸ਼ਨ ਦੀ ਕਾਰਵਾਈ ਹੈ ਉਹ ਸ਼ੁਰੂ ਹੋਏਗੀ। ਅਤੇ ਆਹ ਕਾਰਵਾਈ ਕੱਲ੍ਹ ਅਤੇ ਪਰਸੋਂ, ਯਾਨੀ ਕਿ ਅੱਜ ਕੱਲ੍ਹ ਪਰਸੋਂ 2, 3, 4 ਸਪਟੈਂਬਰ ਤੱਕ ਸੈਸ਼ਨ ਲਗਾਤਾਰ ਜਾਰੀ ਰਹੇਗਾ। ਇਸ ਸੈਸ਼ਨ 'ਚ ਪੰਚਾਇਤੀ ਸੋਧ ਐਕਟ ਸਮੇਤ ਕਈ ਅਹਿਮ ਬਿੱਲ ਪਾਸ ਪੰਜਾਬ ਸਰਕਾਰ ਦੇ ਵੱਲੋਂ ਕਰਵਾਏ ਜਾਣਗੇ। ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਲਗਾਤਾਰ ਅੱਜ ਤੋਂ ਜਾਰੀ ਹੋਏਗਾ। ਮੇਰੇ ਨਾਲ ਮੇਰੇ ਸਹਿਯੋਗੀ ਪੰਕਜ ਕਪਾਹੀ ਲਗਾਤਾਰ ਜਾਰੀ ਨੇ। ਪੰਕਜ, ਤੁਹਾਡੇ ਜਾਣਾ ਚਾਹਾਂਗੇ ਅੱਜ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਣ ਜਾ ਰਹੀ, ਕੀ ਕੁਛ ਪ੍ਰੋਗਰਾਮ ਅੱਜ ਰਹੇਗਾ ਸੈਸ਼ਨ ਦਾ?
ਦੇਖੋ, ਤਿੰਨ ਦਿਨ ਦਾ ਮੌਨਸੂਨ ਇਜਲਾਸ ਜਿਹੜਾ ਵਾ ਉਹ ਅੱਜ ਤੋਂ ਦੁਪਹਿਰ 2 ਵਜੇ ਤੋਂ ਸ਼ੁਰੂ ਹੋਏਗਾ ਔਰ ਅੱਜ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਦਿੱਤੀ ਜਾਏਗੀ। ਔਰ 3 ਦਿਨ ਦੇ ਸੈਸ਼ਨ ਦੇ ਦੌਰਾਨ ਸਰਕਾਰ ਦੀ ਕਈ ਸਾਰੇ ਬਿੱਲ ਜਿਹੜੇ ਨੇ ਉਹਨਾਂ ਨੂੰ ਪਾਸ ਕਰਵਾਉਣ ਦੀ ਕੋਸ਼ਿਸ਼ ਹੋਏਗੀ ਔਰ ਇਹਨਾਂ ਦੇ ਵਿੱਚ ਸਭ ਤੋਂ ਇੱਕ ਅਹਿਮ ਹੈ ਕਿ ਪੰਚਾਇਤੀ ਰਾਜ ਐਕਟ ਜਿਸ ਨੂੰ ਕੈਬਨਿਟ ਨੇ ਮਨਜ਼ੂਰੀ ਦਿੱਤੀ ਸੀਗੀ ਉਸਦੇ ਵਿੱਚ ਸੋਧ ਕਰਨ ਦੀ, ਉਹ ਬਿੱਲ ਜਿਹੜਾ ਵਾ ਪੰਜਾਬ ਸਰਕਾਰ 3 ਦਿਨਾਂ ਦੇ ਅੰਦਰ ਅੰਦਰ ਟੇਬਲ ਕਰੇਗੀ। ਔਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਛੋਟਾ ਸੈਸ਼ਨ ਹੋਣ ਨੂੰ ਲੈ ਕੇ ਓਪੋਜੀਸ਼ਨ ਜਿਹੜੀ ਹੈ ਉਹ ਸਰਕਾਰ ਨੂੰ ਘੇਰਦੀ ਹੋਈ ਨਜ਼ਰ ਆਏਗੀ। ਔਰ ਇਸ ਦੇ ਨਾਲ ਨਾਲ ਕਿਸਾਨ, ਕਿਉਂਕਿ ਕਿਸਾਨਾਂ ਦੇ ਵੱਲੋਂ ਖੇਤੀ ਨੀਤੀ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਹੁਣ ਇਕੱਠ ਕੀਤਾ ਗਿਆ ਹੋਇਆ ਤਾਂ ਅੱਜ ਉਹ ਵੀ ਵਿਧਾਨ ਸਭਾ ਵਾਲੇ ਪਾਸੇ ਕੂਚ ਕਰਨ ਦੀ ਤਿਆਰੀ ਜਿਹੜੀ ਕਰਦੇ ਹੋਏ ਨਜ਼ਰ ਆਉਣਗੇ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਪੰਕਜ, ਸਾਨੂੰ ਤਮਾਮ ਜਾਣਕਾਰੀ ਦੇਣ। ਅੱਗੇ ਵਧਾਂਗ ਤੇ ਗੱਲ ਕਰਾਂਗੇ ਕਿਸਾਨਾਂ ਦੀ। ਅੱਜ ਪੰਜਾਬ ਵਿਧਾਨ ਸਭਾ ਦਾ ਖਿਰਾ ਕਰਨਗੇ ਕਿਸਾਨ ਜਥੇਬੰਦੀਆਂ, ਬਿਕੀ ਉਹ ਗ੍ਰਾਹਕ ਜਥੇਬੰਦੀ ਵਿਧਾਨ ਸਭਾ ਵੱਲ ਕੂਚ ਕਰੇਗੀ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਕੂਚ ਕਰਨ ਦਾ ਐਲਾਨ ਜੋ ਹੈ ਉਹ ਕੀਤਾ ਗਿਆ ਹੈ। ਪ੍ਰਸ਼ਾਸਨ ਨੇ 11 ਕਿਸਾਨਾਂ ਨੂੰ ਹਾਲਾਂਕਿ ਜਾਣ ਦੀ ਇਜਾਜ਼ਤ ਦਿੱਤੀ ਹੈ। ਅੱਜ ਸੈਕਟਰ 34 'ਚ SKM ਦੇ ਵੱਲੋਂ ਮਹਾਂ ਪੰਚਾਇਤ ਵੀ ਕੀਤੀ ਜਾਏਗੀ ਤੇ ਬਿਕੀ ਉਹ ਗ੍ਰਾਹਕ ਦੇ ਕਿਸਾਨਾਂ ਨੇ ਚੰਡੀਗੜ੍ਹ 'ਚ ਇਕੱਠ ਕੀਤਾ ਹੈ। ਸੈਕਟਰ 34 ਦੇ ਮੇਲਾ ਗਰਾਊਂਡ 'ਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੱਲ੍ਹ ਤੋਂ ਹੀ ਮੋਰਚਾ ਲਗਾਇਆ ਹੋਇਆ ਹੈ। 5 ਸਪਟੈਂਬਰ ਤੱਕ ਕਿਸਾਨਾਂ ਦਾ ਮੋਰਚਾ ਲਗਾਤਾਰ ਜਾਰੀ ਰਹੇਗਾ ਤੇ 5 ਸਪਟੈਂਬਰ ਨੂੰ ਅਗਲੀ ਰਣਨੀਤੀ ਦਾ ਅਗਲੀ ਸਟ੍ਰੈਟਜੀ ਦਾ ਐਲਾਨ ਕਿਸਾਨ ਜਥੇਬੰਦੀਆਂ ਕਰਨਗੇ। ਜ਼ਿਕਰਯੋਗ ਹੈ ਕਿ ਖੇਤੀ ਨੀਤੀ ਤੇ ਕਰਜ਼ ਮਾਫ਼ੀ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ ਤੇ ਕੱਲ੍ਹ ਰਾਤ ਦੀਆਂ ਤਮਾਮ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ। ਆਪਣਾ ਰਾਸ਼ਨ ਲੈ ਕੇ ਟਰੈਕਟਰ, ਜੋ ਕਿਸਾਨ ਨੇ ਟਰੈਕਟਰ ਟਰਾਲੀਆਂ ਸਮੇਤ ਚੰਡੀਗੜ੍ਹ ਉੱਥੇ ਪਹੁੰਚੇ ਨੇ ਤੇ ਬੀਬੀਆਂ ਵੇਖੀਆਂ ਜਾ ਸਕਦੀਆਂ ਨੇ। ਲੰਗਰ ਇਹਨਾਂ ਦੇ ਵੱਲੋਂ ਬਣਾਇਆ ਜਾ ਰਿਹਾ। ਵੱਡੀ ਤਾਦਾਦ 'ਚ ਵੱਡੇ ਪੱਧਰ ਤੇ ਜੋ ਕਿਸਾਨ ਨੇ ਪਹੁੰਚੇ ਹੋਏ ਨੇ। ਸੈਕਟਰ 34 ਜੋ ਹੈ ਸੈਂਟਰ ਅਸੀਂ ਕਹਿ ਸਕਦੇ ਹਾਂ ਚੰਡੀਗੜ੍ਹ ਦਾ। ਮੇਰੇ ਨਾਲ ਮੇਰੇ ਸਹਿਯੋਗੀ ਨਪਿੰਦਰ ਬਰਾੜ ਫੋਨ ਲਾਈਨ ਤੇ ਮੌਜੂਦ ਨੇ। ਨਪਿੰਦਰ, ਅੱਜ ਕਿਸਾਨ ਜਥੇਬੰਦੀਆਂ ਵਿਧਾਨ ਸਭਾ ਵੱਲ ਕੂਚ ਕਰਨਗੀਆਂ, ਕੀ ਕੁਝ ਪ੍ਰੋਗਰਾਮ ਕਿਸਾਨ ਜਥੇਬੰਦੀਆਂ ਦੇ ਵੱਲੋਂ ਜੇ ਅਸੀਂ ਜ਼ਿਕਰ ਕੀਤਾ ਜਾਏ ਤੇ ਅੱਜ ਕੀ ਕੁਝ ਐਡਵਾਈਜ਼ਰੀ ਵੀ ਜੋ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੀ ਗਈ, ਕਿਉਂਕਿ ਜੋ ਤਮਾਮ ਸਕੂਲਸ ਨੇ ਚੰਡੀਗੜ੍ਹ ਦੇ ਅੱਜ ਬੰਦ ਨੇ? ਦੇਖੋ, ਕਿਉਂਕਿ ਅੱਜ ਚੰਡੀਗੜ੍ਹ ਦੇ ਵਿੱਚ 2 ਤਰ੍ਹਾਂ ਦੇ ਪ੍ਰਦਰਸ਼ਨ ਨੇ, ਕਿਸਾਨ ਜਥੇਬੰਦੀਆਂ ਦੇ ਵੱਖਰੇ ਵੱਖਰੇ ਪ੍ਰਦਰਸ਼ਨ ਨੇ, ਦੋਨੋਂ ਸੈਕਟਰ 34 ਦੇ ਵਿੱਚ ਨੇ ਚੰਡੀਗੜ੍ਹ ਦੇ। ਇੱਕ ਤਾਂ ਦੇਖੋ ਮੁੱਖ ਤੌਰ ਤੇ ਜਿਹੜਾ ਉਗਰਾਹਾਂ ਜਥੇਬੰਦੀ ਹੈ ਉਹ ਕੱਲ੍ਹ ਤੋਂ ਆ ਕੇ ਬੈਠੇ ਹੋਏ ਨੇ ਚੰਡੀਗੜ੍ਹ ਦੇ ਸੈਕਟਰ 34 ਦੇ ਮੇਲਾ ਗਰਾਊਂਡ ਦੇ ਵਿੱਚ। ਉਹਨਾਂ ਨੇ ਦੁਪਹਿਰ 12 ਵਜੇ ਆਸ ਪਾਸ ਦੇ ਜਿਹੜਾ ਹੈਗਾ ਵਿਧਾਨ ਸਭਾ ਵੱਲ ਕੂਚ ਕਰਨਾ ਤਾਂ ਅਜਿਹੇ ਦੇ ਵਿੱਚ ਕਾਫ਼ੀ ਦਿੱਕਤ ਜਿਹੜੀ ਉਹ ਆ ਸਕਦੀ ਹੈ ਟ੍ਰੈਫਿਕ ਦੇ ਚੱਲਦਿਆਂ। ਹਾਲਾਂਕਿ ਪੁਲਿਸ ਨੇ ਕਾਫ਼ੀ ਰੂਟ ਡਾਇਵਰਟ ਕੀਤੇ ਨੇ ਤਾਂ ਅਜਿਹੇ ਦੇ ਵਿੱਚ ਇੱਕ ਪ੍ਰਦਰਸ਼ਨ ਦਾ ਸਿੱਧੇ ਤੌਰ 'ਤੇ ਇਹ ਹੋ ਗਿਆ ਕਿਉਂਕਿ ਕਿਸਾਨਾਂ ਦੀਆਂ ਆਪਣੀਆਂ ਮੁੱਖ ਮੰਗਾਂ ਨੇ ਜਿਹੜੀਆਂ ਉਹਨਾਂ ਨੂੰ ਲੈ ਕੇ ਜਿਹੜਾ ਇਹ ਪ੍ਰਦਰਸ਼ਨ ਆ ਉਹ ਜਿਹੜੀ ਖੇਤੀ ਨੀਤੀ ਨੂੰ ਲੈ ਕੇ ਜਾਂ ਫਿਰ ਕਰਜ਼ ਮਾਫ਼ੀ ਨੂੰ ਲੈ ਕੇ ਔਰ ਹੋਰ ਕੁਝ ਮੰਗਾਂ ਨੇ ਮੁੱਖ ਤੌਰ 'ਤੇ ਉਗਰਾਹਾਂ ਜਥੇਬੰਦੀ ਦਾ ਆਪਣਾ ਵੱਖਰਾ ਧਰਨਾ ਇਹ ਸੈਕਟਰ 34 ਦੇ ਵਿੱਚ। ਇਸ ਤੋਂ ਇਲਾਵਾ ਦੂਜਾ ਧਰਨਾ ਜਿਹੜਾ ਮਹਾਂ ਪੰਚਾਇਤ ਰੱਖੀ ਗਈ ਹੈ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ। ਉਹਨਾਂ ਨੇ ਮਹਾਂ ਪੰਚਾਇਤ ਉਹਨਾਂ ਨੇ ਚਰਚਾ ਕੀਤੀ ਜਾਣੀ ਹੈ। ਮਹਾਂ ਪੰਚਾਇਤ ਦੇ ਵਿੱਚ ਜਿਹੜੇ ਵੱਖ ਵੱਖ ਕਿਸਾਨ ਆਗੂ ਪਹੁੰਚ ਰਹੇ ਨੇ ਉਹ ਵੀ ਸੈਕਟਰ 34 ਦੇ ਵਿੱਚ ਉਹਨਾਂ ਦਾ ਆਪਣਾ ਵੱਖਰਾ ਪ੍ਰੋਗਰਾਮ ਰੱਖਿਆ ਗਿਆ। ਹਾਲਾਂਕਿ ਉਹਨਾਂ ਦਾ ਪ੍ਰੋਗਰਾਮ ਜਿਹੜਾ ਉਹ ਸੈਕਟਰ 34 ਦੇ ਵਿੱਚ ਹੀ ਚੱਲਦਾ ਰਹਿਣਾ। ਪਰ ਦੂਜੇ ਪਾਸੇ ਉਗਰਾਹਾਂ ਜਥੇਬੰਦੀਆਂ ਜਿਹੜਾ ਪ੍ਰੋਗਰਾਮ ਹੈ ਉਹ ਹੈ ਵਿਧਾਨ ਸਭਾ ਦੇ ਵੱਲ ਕੂਚ ਕਰਨ ਦਾ। ਅਜਿਹੇ ਦੇ ਵਿੱਚ ਇਸ ਕੂਚ ਦੇ ਚੱਲਦਿਆਂ ਚੰਡੀਗੜ੍ਹ ਦੇ ਲੋਕਾਂ ਨੂੰ ਦਿੱਕਤ ਆ ਸਕਦੀ ਹੈ, ਟ੍ਰੈਫਿਕ ਦੀ ਦਿੱਕਤ ਆ ਸਕਦੀ ਹੈ। ਦਿੱਕਤ ਜਦੋਂ ਦੇਖੋ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਵਹੀਕਲ ਪਹੁੰਚ ਰਹੇ ਨੇ, ਟਰੈਕਟਰ ਟਰਾਲੀਆਂ ਜਾਂ ਗੱਡੀਆਂ ਜਿਹੜੀਆਂ ਨੇ ਉਹ ਸੈਕਟਰ 34 ਵਿੱਚ ਕੁਝ ਕੱਲ੍ਹ ਪਹੁੰਚੇ ਨੇ, ਕੁਝ ਅੱਜ ਪਹੁੰਚ ਰਹੇ ਨੇ ਮਹਾਂ ਪੰਚਾਇਤ ਵਾਲਾ ਜਿਹੜਾ ਦੂਜਾ ਗਰੁੱਪ ਹੈ ਸੰਯੁਕਤ ਕਿਸਾਨ ਮੋਰਚਾ। ਤਾਂ ਐਸੇ ਹਾਲਾਤਾਂ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਆਏਗੀ।
ਸਾਫ ਤੌਰ ਤੇ ਅਡਵਾਈਜ਼ਰੀ ਦਿੱਤੀ ਗਈ ਕਿ ਸੈਕਟਰ 34 ਦੇ ਨਾਲ ਲੱਗਦੀਆਂ ਜਿਹੜੀਆਂ ਸੜਕਾਂ ਨੇ ਮੋਹਾਲੀ ਤੇ ਜੋ 34 ਨੂੰ ਆਉਣਾ ਤੁਸੀਂ ਤਾਂ ਉਹਨਾਂ ਸੜਕਾਂ ਨੂੰ ਅਵੋਇਡ ਕਰਨਾ ਹੋਏਗਾ। ਉਸ ਤੋਂ ਤੁਸੀਂ ਇੱਕ ਤਾਂ ਰਸਤਾ ਜਿਹੜਾ ਡਾਇਵਰਟ ਕਰਕੇ ਚੱਲ ਸਕਦੇ ਹੋ ਤਾਂ ਕਿ ਤੁਸੀਂ ਜਾਮ ਦੇ ਵਿੱਚ ਨਾ ਫਸੋ। ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਤਮਾਮ ਜਾਣਕਾਰੀ ਦੇਣ ਲਈ। ਤੇ ਅੱਜ ਦੋ ਵੱਡੇ ਪ੍ਰੋਗਰਾਮਸ ਨੇ ਕਿਸਾਨਾਂ ਦੇ, ਬੀਕੇ ਉਗਰਾਹਾਂ ਦੇ ਵੱਲੋਂ ਵਿਧਾਨ ਸਭਾ ਵੱਲ ਕੂਚ ਕੀਤਾ ਜਾਣਾ ਹੈ, ਮਾਰਚ ਕੀਤਾ ਜਾਣਾ ਹੈ ਤੇ ਇੱਕ ਮੰਗ ਪੱਤਰ ਮੈਮੋਰੈਂਡਮ ਜੋ ਹੈ ਸੌਂਪਿਆ ਜਾਣਾ ਹੈ। ਦੂਸਰੇ ਪਾਸੇ ਸਿੰਘ ਕਿਸਾਨ ਮੋਰਚੇ ਦੇ ਵੱਲੋਂ ਵੀ ਮਹਾਂ ਪੰਚਾਇਤ ਜੋ ਹੈ ਉਹ ਬੁਲਾਈ ਗਈ ਹੈ, ਜਿਸ ਦੇ ਚੱਲਦੇ ਚੰਡੀਗੜ੍ਹ ਦੇ ਤਮਾਮ ਜੋ ਸਕੂਲਸ ਨੇ ਅੱਜ ਬੰਦ ਕੀਤੇ ਹੋਏ ਨੇ। ਟ੍ਰੈਫਿਕ ਐਡਵਾਈਜ਼ਰੀ ਜੋ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੀ ਗਈ ਹੈ। ਹਾਲਾਂਕਿ ਜੋ ਪੁਲਿਸ ਹੈ ਉਸਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ 'ਤੇ ਪਹਿਲਾਂ ਦੇਖਣ ਚੰਡੀਗੜ੍ਹ ਪੁਲਿਸ ਦੇ ਵੱਲੋਂ ਕੀ ਕੁਝ ਇੰਸਟਰਕਸ਼ਨਸ ਦਿੱਤੀਆਂ ਜਾਂਦੀਆਂ ਨੇ, ਕਿਉਂਕਿ ਵੱਡੀ ਤਾਦਾਦ 'ਚ ਅਸੀਂ ਗੱਲ ਕਰੀਏ ਅੱਜ ਕਿਸਾਨ ਚੰਡੀਗੜ੍ਹ ਦੇ ਸੈਕਟਰ 34 'ਚ ਕੁਝ ਕਰਨ। ਸ਼ੰਭੂ ਬਾਰਡਰ ਮਾਮਲੇ ਤੇ ਅੱਜ ਸੁਪਰੀਮ ਕੋਰਟ 'ਚ ਅਹਿਮ ਸੁਣਵਾਈ ਹੋਣ ਜਾ ਰਹੀ ਹੈ। ਕਿਸਾਨਾਂ ਦੀ ਪ੍ਰਸ਼ਾਸਨ ਦੇ ਨਾਲ ਹੋਈ ਮੀਟਿੰਗਾਂ 'ਚ ਕੋਈ ਵੀ ਹੱਲ ਜੋ ਹੈ ਸਿੱਟਾ ਨਹੀਂ ਨਿਕਲ ਪਾਇਆ ਤੇ ਸੁਪਰੀਮ ਕੋਰਟ ਨੇ ਦੋਹਾਂ ਸੂਬਿਆਂ ਨੂੰ ਕਮੇਟੀ ਬਣਾਉਣ ਦੇ ਲਈ ਕਿਹਾ ਸੀ। ਕਮੇਟੀ ਲਈ ਨਾਮ ਤੈਅ ਨਾ ਹੋਣ ਤੇ ਪਿਛਲੀ ਸੁਣਵਾਈ ਟਾਲ ਦਿੱਤੀ ਗਈ ਸੀ। ਪੰਜਾਬ ਹਰਿਆਣਾ ਦੇ ਵੱਲੋਂ ਕਮੇਟੀ ਲਈ ਮੈਂਬਰ ਤੇ ਨਹੀਂ ਦਿੱਤੇ ਗਏ ਸੀ ਨਾ। ਫਰਵਰੀ 2024 ਤੋਂ ਚੱਲ ਰਿਹਾ ਹੈ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਧਰਨਾ ਤੇ ਪਿਛਲੀ ਸੁਣਵਾਈਆਂ ਦੇ ਦੌਰਾਨ ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਨੂੰ ਅੰਸ਼ਿਕ ਤੌਰ ਤੇ ਹਾਈਵੇ ਖੋਲ੍ਹਣ ਦੀ ਗੱਲ ਜੋ ਹੈ ਉਹ ਆਖੀ ਸੀ। ਪਿਛਲੀ ਸੁਣਵਾਈ ਹੋਈ ਸੀ, ਹਾਲਾਂਕਿ ਪਿਛਲੀ ਸੁਣਵਾਈ ਟਾਲ ਦਿੱਤੀ ਗਈ ਸੀ ਕਿਉਂਕਿ ਦੋਵਾਂ ਹੀ ਸੂਬਿਆਂ ਨੂੰ ਆਰਡਰ ਦਿੱਤੇ ਗਏ ਸੀ, ਆਦੇਸ਼ ਦਿੱਤੇ ਗਏ ਸੀ, ਇੰਸਟਰਕਸ਼ਨ ਦਿੱਤੀਆਂ ਗਈਆਂ ਸੀ ਸੁਪਰੀਮ ਕੋਰਟ ਦੇ ਵੱਲੋਂ ਕਿ ਇੰਡੀਪੈਂਡੈਂਟ ਕਮੇਟੀ ਦਾ ਗਠਨ ਕੀਤਾ ਜਾਏ ਪੰਜਾਬ ਦੇ ਵੱਲੋਂ ਵੀ, ਹਰਿਆਣਾ ਦੇ ਵੱਲੋਂ, ਜੋ ਕਿ ਕਿਸਾਨਾਂ ਨਾਲ ਗੱਲਬਾਤ ਕਰੇ। ਪਰ ਦੋਹਾਂ ਹੀ ਸੂਬਿਆਂ ਦੇ ਵੱਲੋਂ ਕਮੇਟੀ ਨਹੀਂ ਬਣਾਈ ਗਈ ਸੀ, ਜਿਸ ਦੇ ਚੱਲਦੇ ਸੁਪਰੀਮ ਕੋਰਟ ਦੇ ਵੱਲੋਂ ਅੱਜ ਸੁਣਵਾਈ ਸੀ ਉਹ ਟਾਲ ਦਿੱਤੀ ਗਈ ਸੀ। ਹਾਲਾਂਕਿ ਪ੍ਰਸ਼ਾਸਨ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵੀ ਹੋਈ ਸੀ, ਪਰ ਆ ਦੋਹਾਂ ਹੀ ਮੀਟਿੰਗਾਂ ਬੇਸਿੱਟਾ ਜੋ ਨੇ ਉਹ ਰਹੀ। ਹੁਣ ਗੱਲ ਕਰਾਂਗੇ ਰੂਰਲ ਡਿਵੈਲਪਮੈਂਟ ਫੰਡ ਦੀ। ਪੈਂਡਿੰਗ ਰੂਰਲ ਡਿਵੈਲਪਮੈਂਟ ਫੰਡ ਦੇ ਮਾਮਲੇ ਤੇ ਅੱਜ ਸੁਪਰੀਮ ਕੋਰਟ 'ਚ ਅਹਿਮ ਸੁਣਵਾਈ ਹੋਏਗੀ। ਪੰਜਾਬ ਸਰਕਾਰ ਦੇ ਵੱਲੋਂ ਦਾਇਰ ਪਟੀਸ਼ਨ ਤੇ ਆ ਸੁਣਵਾਈ ਅੱਜ ਹੋਏਗੀ। ਜ਼ਿਕਰ ਜੋ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ 4500 ਕਰੋੜ ਜਾਰੀ ਕਰਨ ਦੀ ਜੋ ਮੰਗ ਹੈ, ਡਿਮਾਂਡ ਹੈ, ਕੀਤੀ ਗਈ ਹੈ। ਕੇਂਦਰ ਤੋਂ RDF ਦਾ ਪੈਸਾ ਜਾਰੀ ਕਰਨ ਦੀ ਮੰਗ ਜੋ ਹੈ ਉਹ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ। ਦੇਖਣਾ ਹੋਏਗਾ ਕਿ ਕੁਝ ਫੈਸਲਾ ਜੋ ਹੈ ਸੁਪਰੀਮ ਕੋਰਟ ਦੇ ਵੱਲੋਂ ਸੁਣਾਇਆ ਜਾਂਦਾ। ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਨਿਰੰਤਰ ਮੰਗ ਕੀਤੀ ਜਾ ਰਹੀ ਕਿ ਰੂਰਲ ਡਿਵੈਲਪਮੈਂਟ ਫੰਡ ਪੰਜਾਬ ਦੇ ਵੰਡੇ ਹਿੱਸੇ ਦਾ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਨਹੀਂ ਕੀਤਾ ਗਿਆ, ਜਿਸ ਦੇ ਚੱਲਦੇ ਤਮਾਮ ਜੋ ਪਿੰਡਾਂ ਦੇ ਡਿਵੈਲਪਮੈਂਟ ਜੋ ਕੰਮ ਨੇ ਉਹ ਰੁਕੇ ਹੋਏ ਨੇ, ਜਿਸ ਦੇ ਚੱਲਦੇ ਇਸ ਪੂਰਾ ਜੋ ਮੁੱਦਾ ਹੈ ਪੰਜਾਬ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ 'ਚ ਚੁੱਕਿਆ ਗਿਆ ਸੀ। ਅੱਜ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਸੁਣਵਾਈ ਹੋਈ। ਦਿੱਲੀ 'ਚ ਆਮ ਆਦਮੀ ਪਾਰਟੀ ਵਿਧਾਇਕ ਦੇ ਘਰ ED ਦੇ ਵੱਲੋਂ ਰੇਡ ਦੀ ਖਬਰ ਸਾਹਮਣੇ ਆ ਰਹੀ ਹੈ। ਆਮ ਆਦਮੀ ਪਾਰਟੀ ਵਿਧਾਇਕ ਅਮਾਨਤੁੱਲਾ ਖਾਨ ਨੇ ਦਾਅਵਾ ਕੀਤਾ ਹੈ, ਅਮਾਨਤੁੱਲਾ ਦੇ ਘਰ ਛਾਪੇਮਾਰੀ ਦਾ ਦਾਅਵਾ ਉਹਨਾਂ ਦੇ ਵੱਲੋਂ ਕੀਤਾ ਗਿਆ। ਦਰਅਸਲ ਦਿੱਲੀ ਦੇ ਓਖਲਾ ਤੋਂ ਆਮ ਆਦਮੀ ਪਾਰਟੀ ਵਿਧਾਇਕ ਨੇ ਅਮਾਨਤੁੱਲਾ ਤੇ ਅਮਾਨਤੁੱਲਾ ਨੇ ਕਿਹਾ ਕਿ ED ਮੈਨੂੰ ਗ੍ਰਿਫਤਾਰ ਕਰਨ ਆਈ ਹੈ। ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਆ ਵੀਡੀਓ ਸੰਜੇ ਸਿੰਘ ਦੇ ਵੱਲੋਂ ਜੋ ਹੈ ਸਾਂਝੀ ਕੀਤੀ ਗਈ ਹੈ ਆਪਣੇ ਐਕਸ 'ਤੇ। ਅਮਾਨਤੁੱਲਾ ਖਾਨ ਨੇ ਐਕਸ 'ਤੇ ਪੋਸਟ ਕਰਕੇ ਦਾਅਵਾ ਕੀਤਾ ਹੈ। ਇਹ ਤਮਾਮ ਤਸਵੀਰ ਤੁਸੀਂ ਵੇਖ ਪਾ ਰਹੇ ਹੋ, ED ਦੇ ਅਧਿਕਾਰੀ ਨਜ਼ਰ ਆ ਰਹੇ ਨੇ ਤੇ ਅਮਾਨਤੁੱਲਾ ਖਾਨ ਗੱਲਬਾਤ ਕਰਦੇ ਹੋ ਉਹਨਾਂ ਦੇ ਨਾਲ। ਮਿਲੀ ਜ਼ਮਾਨਤ ਮੇ ਲਿਖਾ ਹੁਆ ਹੈ, ਇਸਕੇ ਬਾਅਦ ED ਆਪਣਾ ਕੇਸ ਖਤਮ ਨਹੀਂ ਕਰਤੀ। 2023 ਮੇ ਅਮਾਨਤੁੱਲਾ ਖਾਨ ਕੇ ਘਰ ਪੇ ਛਾਪੇਮਾਰੀ ਕਰਤੀ ਹੈ। ED ਨੇ ਆਪਣੇ ਦਫ਼ਤਰ ਮੇ ਬੁਲਾ ਕੇ 13 ਘੰਟੇ ਤੱਕ ਅਮਾਨਤੁੱਲਾ ਖਾਨ ਸੇ ਪੂਛਤਾਛ ਕੀ, ਔਰ ਆਜ
उसी मामले में 2016 के मामले में आज फिर धावा देने के लिए ईडी पहुंच गई है। आप लोगों को शर्म नहीं आती कि आपकी जांच है, एक मामले की तीन तीन इन्वेस्टिगेटिंग एजेंसी जांच कर रही है, दो एजेंसी की जांच में कुछ मिला नहीं, आपकी जांच में कुछ आज तक साबित हुआ नहीं, पहले 13 घंटे की पूछताछ कर चुके हो, उसके बाद आपने घर पे पहले भी एक बार छापेमारी कर ली है, फिर दोबारा चुनाव के ठीक पहले दिल्ली के अंदर आप दिल्ली का माहौल बिगाड़ने के लिए बीजेपी के हथियार के तौर पे इस्तेमाल हो रहे हो, तो मैं समझता हूँ कि ईडी वालों को अपनी कार्रवाई पर ध्यान देना चाहिए। सुप्रीम कोर्ट से बार बार तुम लोगों को लताड़ पड़ रही है, बावजूद इसके सिर्फ और सिर्फ मोदी के कठपुतली बन के रह गए हो, ये ठीक नहीं है। और पूरी आम आदमी पार्टी इस मामले में मोदी सरकार को चेताना चाहती है कि तुम ये जो हथकंडे अपनाना चाहते हो अपनाओ, तुम्हारे सामने आम आदमी पार्टी किसी भी रूप से झुकेगी नहीं, लड़ती रही है, लड़ती रहेगी। आपने केजरीवाल को अंदर डाल रखा है, 17 महीने बाद मनीष सिसोदिया छूट गया है, 6 महीने मुझे जेल में रखा, सत्येंद्र जैन को जेल में रखा हुआ है, इससे हमारा मनोबल कहीं गिरने वाला नहीं है, तुमसे लड़ेंगे और तुमको हराएंगे। इस विचाले कहा गया है कि आज जो लड़ाई है निरंतर जारी रहेगी। तमाम वीडियो तुसी देख पा रहे हो, उपले पास से वीडियो है जो कि ईडी दी टीम तकरीबन 7 बजे पहुंची ते जांच पड़ताल कर ली। हालांकि दावा किया गया आप विधायक दे वलो कि उन्होंने गिरफ्तार करने लई ईडी दी टीम पहुंची। जंडियाला दे पिंड नंगल गुरु दे एक घर च धमाका यानी कि ब्लास्ट होने की खबर सामने आई है। घर पटाके बनाने के दौरान आ ब्लास्ट हुआ है गैर कानूनी ढंग के नाल। दरअसल पटाके इस घर च बनाए जा रहे थे, किराए के कमरे च पटाके कुछ लोग बना रहे थे। घर की मालक महिला समेत 6 लोग जख्मी हुए ने, सारे जख्मियों को अस्पताल दाखिल करवाया गया जिथे कि उन्होंने इलाज लगातार जारी है। मौके से पहुंची पुलिस टीम के वालों इस पूरे मामले की जांच है वो की जा रही है। कल देर रात तस्वीर देख पा रहे हो, धमाका हुआ है, जबरदस्त धमाका तस्वीर हुआ है। हालांकि इस धमाके च गनीमत आ रही कि जानी नुकसान तो बचा रहा है, पर कमरे दे जो किराए दे कमरे च आ पटाके बनाउन दा काम लगातार किया जा रहा सीगा, इलीगल तरीके दे नाल, गैर कानूनी तरीके दे नाल। हालांकि इस पूरे घटना दे दौरान मालक महिला समेत 6 लोग गंभीर जख्मी हुए ने। मौके ते पहुंची पुलिस दी टीम दे वल्लों पूरे मामले दी जांच पड़ताल कीती जा रही। ਇਹ ਇੱਥੇ ਨੰਗਲ ਗੁਰੂ ਤੋਂ ਕੁਲਦੀਪ ਕੌਰ ਆ, ਵਾਈਫ ਆਫ ਅਮਰਜੀਤ ਸਿੰਘ। ਅਮਰਜੀਤ ਸਿੰਘ ਦੀ ਡੈਥ ਹੋ ਗਈ ਹੈ ਅਤੇ ਇਹ ਇਕੱਲੀ ਰਹਿੰਦੀ ਸੀ। ਜ਼ਿਆਦਾ ਜੋ ਗੁਆਂਢ 'ਚੋਂ ਪਤਾ ਲੱਗਿਆ ਵੀ ਆਪਣੇ ਦੇਵੀਦਾਸ ਇਹਦੇ ਪੇਕੇ ਆ ਤਾਂ ਉੱਥੇ ਹੀ ਰਹਿੰਦੇ, ਇਹਦੇ ਬੱਚੇ ਵੀ ਉੱਥੇ ਹੀ ਰਹਿੰਦੇ ਸੀ। ਅੱਜ ਤੋਂ 2 ਮਹੀਨੇ ਪਹਿਲਾਂ ਇਹਨਾਂ ਨੇ ਆ ਜਿਹੜੇ ਬੰਦੇ ਇੰਜਰਡ ਹੋਏ ਆ ਇਹਨਾਂ ਨੂੰ ਕਿਰਾਏ 'ਤੇ ਮਕਾਨ ਦਿੱਤਾ ਸੀ ਅਤੇ ਜੋ ਇਹਨਾਂ ਦੇ ਇਹ ਜਠਾਣੀ ਆ ਉਹਦੇ ਕਹਿਣ ਤੋਂ ਵੀ ਇਹਨਾਂ ਦੇ ਨਾਲ ਘੱਟ ਸੀ। ਇਹਨਾਂ ਨੇ ਕੰਧ ਕੀਤੀ ਆ, ਸੈਂਟਰ 'ਚ ਉਹਦਾ ਵੱਖਰਾ ਕਰ ਦਿੱਤਾ ਸੀ ਅਤੇ ਅੱਜ ਪਟਾਕਿਆਂ ਦਾ ਇੱਥੇ ਕੰਮ ਚੱਲ ਰਿਹਾ ਸੀ ਇਲੀਗਲ ਅਤੇ ਉਹਦੇ ਬਾਰੇ ਜੋ ਇਹਨਾਂ ਇਹ ਵੀ ਦੱਸ ਰਹੇ ਵੀ ਸਾਨੂੰ ਵੀ ਇਸ ਬਾਰੇ ਕੋਈ ਨਹੀਂ ਸੀ ਪਤਾ। ਪਿੰਡ ਦੇ ਆ ਮੈਂਬਰ ਸਾਹਿਬ ਆ, ਸਾਬਕਾ ਸਰਪੰਚ ਆ ਬੀਬੀ, ਇਹਨਾਂ ਦੇ ਕਹਿਣ ਮੁਤਾਬਕ ਵੀ ਕੋਈ ਪਤਾ ਨਹੀਂ ਸੀ ਸਾਨੂੰ ਕਿਸੇ ਨੂੰ ਵੀ, ਇਹ ਬੰਦਿਆਂ ਨੇ ਆਣ ਕੇ ਪਟਾਕੇ ਚਲਾਉਂਦੇ ਉਹ ਕੋਈ ਉਹਨੂੰ ਪਟਾਸ਼ ਨੂੰ ਅੱਗ ਲੱਗ ਗਈ ਉਹਦੇ ਕਰਕੇ ਫਿਰ ਉਹ ਉੱਪਰ ਪਟਾਕਾ ਆਪਣੇ ਹੋਣ ਦੇ ਨਾਲ ਇਹ ਕੰਧ ਡਿੱਗ ਪਈ ਇਹਨਾਂ ਦੀ, ਉਹਦੇ ਫਿਰ ਥੱਲੇ ਆਣ ਕੇ ਸੱਟਾਂ ਲੱਗੀਆਂ ਇਹਨਾਂ ਦੇ। ਕਿੰਨੇ ਲੋਕ ਇੰਜਰਡ? 7 ਟੋਟਲ ਦੱਸਦੇ ਆ, ਇੱਕ ਲੇਡੀ ਆ, ਇੱਕ ਸੋਨੂ ਸਿੰਘ ਆ ਮੁੰਡਾ ਇਹਨਾਂ ਦੇ ਪਿੰਡ ਦਾ ਹੀ ਸੋਨੂ, ਅਤੇ ਬਾਕੀ 5 ਉਹਨਾਂ ਦੇ ਰਿਸ਼ਤੇਦਾਰ ਆ ਪਿੰਡ ਦੇ। ਲੇਡੀ ਜਿਹੜੀ ਆ ਉਹਦਾ ਨਾਂ ਕੀ ਹੈਗਾ? ਕੁਲਦੀਪ ਕੌਰ।
ਕੁਲਦੀਪ ਕੌਰ ਜਿਹੜੀ ਆ ਉਹ ਘਰ ਦੀ ਮਾਲਕ ਹੈਗੀ ਆ, ਮਾਲਕ ਉਹ ਇੱਥੇ ਰਹਿੰਦੇ ਪਏ ਸੀ? ਨਹੀਂ, ਜੋ ਇਹਨਾਂ ਦਾ ਹੁਣ ਗੁਆਂਢ 'ਚ ਦੱਸਣ ਦਾ ਇਹਨਾਂ ਦਾ ਹੈਗਾ ਵੀ ਉਹਦੇ ਹਸਬੈਂਡ ਦੀ ਡੈਥ ਹੋ ਗਈ, ਪਹਿਲਾਂ 12-13 ਸਾਲ ਜੰਡਿਆਲੇ ਰਹੀ ਆ। ਕਿੰਨੀ ਸਾਰੇ ਕੰਮ ਚੱਲਦੇ ਇਹ? ਮਹੀਨਾ ਕੁ ਹੋਇਆ, 2 ਮਹੀਨੇ ਤੋਂ ਕਿਰਾਏ 'ਤੇ ਲਿਆ ਸੀ ਅਤੇ ਮਹੀਨੇ ਕੁ ਤੋਂ ਕਹਿੰਦੇ ਆ ਵੀ ਇਹ ਕੰਮ। ਮੇਰਾ ਨਾਮ ਸਹਿਯੋਗੀ ਅਮਿਤ ਸ਼ਰਮਾ ਫੋਨ ਲਾਈਨ 'ਤੇ ਜੁੜੇ ਹੋਏ ਨੇ। ਅਮਿਤ, ਜਾਣਾ ਚਾਹਾਂਗੇ ਮਹੀਨੇ ਤੋਂ ਇਸ ਕਿਰਾਏ ਦੇ ਘਰ 'ਚ ਇਲੀਗਲ ਤਰੀਕੇ ਨਾਲ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀਗਾ, ਕਿਸ ਨੂੰ ਭਨਕ ਵੀ ਨਹੀਂ ਉੱਠੀ, ਕੀ ਕੁਛ ਕਾਰਵਾਈ ਹੁਣ ਤੱਕ ਪੁਲਿਸ ਦੇ ਵੱਲ? ਜੀ ਬਿਲਕੁਲ, ਪੁਲਿਸ ਵੱਲੋਂ ਇਸ ਮਾਮਲੇ 'ਤੇ ਮਾਮਲਾ ਜ਼ਰੂਰ ਦਰਜ ਕੀਤਾ ਗਿਆ, ਜਿਨ੍ਹਾਂ ਦੁਆਰਾ ਕਮਰਾ ਜਿਹੜਾ ਕਿਰਾਏ 'ਤੇ ਲਿੱਤਾ ਗਿਆ ਸੀ, ਕਿਉਂਕਿ ਇਸ ਜਿਹੜਾ ਨਜਾਇਜ਼ ਪਟਾਕਾ ਬਣਾਉਣ ਦਾ ਕੰਮ ਲਗਾਤਾਰ ਜਾਰੀ ਸੀ, ਕਿਉਂਕਿ 2 ਮਹੀਨੇ ਪਹਿਲਾਂ ਹੀ ਜਿਹੜੇ ਆਰੋਪੀ ਹੈ ਜਿਹੜੇ ਪਟਾਕਾ ਬਣਾਉਣ ਦਾ ਕੰਮ ਕਰਦੀ ਸੀ ਉਹ ਇਸ ਘਰ ਦੇ ਵਿੱਚ ਆਏ ਸੀ। ਅੰਮ੍ਰਿਤਸਰ ਦੇ ਜੰਡਿਆਲਾ ਦੇ ਨੰਗਲ ਗੁਰੂ ਦੀ ਘਟਨਾ ਵਾ, ਅਤੇ ਜਿਹੜੀ ਮਾਲਕ ਮਕਾਨ ਹੈ ਕੁਲਦੀਪ ਕੌਰ ਉਹ ਵੀ ਉਸ ਘਰ ਦੇ ਵਿੱਚ ਨਹੀਂ ਰਹਿੰਦੀ ਸੀ, ਹਾਲਾਂਕਿ ਜਿਸ ਵੇਲੇ ਕੱਲ੍ਹ ਧਮਾਕਾ ਹੋਇਆ ਉਹ ਆਪਣੇ ਘਰ ਨੂੰ ਵੇਖਣ ਲਈ ਆਈ ਸੀ। ਸੋ ਉਹ ਵੀ ਇਸ ਮਾਮਲੇ ਇਸ ਧਮਾਕੇ ਦੇ ਵਿੱਚ ਜ਼ਖਮੀ ਹੋਈ ਹੈ, ਕੁੱਲ 7 ਲੋਕ ਜਿਹੜੇ ਜ਼ਖਮੀ ਹੋਈ ਹੈ। ਪੁਲਿਸ ਦੁਆਰਾ ਉਹਨਾਂ ਲੋਕਾਂ ਦਾ ਜਿਨ੍ਹਾਂ ਦਾ ਕਿਰਾਏ 'ਤੇ ਕਮਰਾ ਲਿੱਤਾ ਗਿਆ ਸੀ ਉਹਦੇ 'ਤੇ ਮਾਮਲਾ ਦਰਜ ਕਰ ਲਿਆ, ਕਿਉਂਕਿ ਪਿੰਡ ਦੀ ਸਰਪੰਚ ਦਾ ਵੀ ਕਹਿਣਾ ਹੈ ਕਿ ਆਸ ਪਾਸ ਦੇ ਘਰਾਂ ਦੇ ਲੋਕਾਂ ਨੂੰ ਵੀ ਇਹ ਗੱਲ ਨਹੀਂ ਪਤਾ ਸੀ, ਉਹ ਅੰਦਰ ਨਜਾਇਜ਼ ਤੌਰ 'ਤੇ ਕੰਮ ਕਰ ਰਹੇ ਸੀ। ਲੇਕਿਨ ਹੁਣ ਅੱਗੋਂ 'ਤੇ ਪੁਲਿਸ ਨੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਕਿ ਅੱਗੋਂ 'ਤੇ ਕੋਈ ਵੀ, ਕਿਉਂਕਿ ਦੀਵਾਲੀ ਲੱਗੇ ਆ ਰਹੀ, ਅੱਗੋਂ 'ਤੇ ਕੋਈ ਵੀ ਇਹੋ ਜਿਹਾ ਕੰਮ ਕਰਦਾ ਹੈਗਾ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਏ, ਕਿਉਂਕਿ ਨਜਾਇਜ਼ ਤੌਰ 'ਤੇ ਪਟਾਕਿਆਂ ਦਾ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਪੁਲਿਸ ਇਸ ਮਾਮਲੇ 'ਤੇ ਜ਼ਰੂਰ ਨਾਕਾਮ ਸਾਬਤ ਹੋ ਰਹੀ ਹੈ। ਜੀ, ਬਹੁਤ ਬਹੁਤ ਸ਼ੁਕਰੀਆ ਅਮਿਤ ਸਾਨੂੰ ਤਮਾਮ ਜਾਣਕਾਰੀ ਦੇਣ ਲਈ। ਅਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ, ਹਾਲਾਂਕਿ 7 ਲੋਕ ਇਸ ਧਮਾਕੇ 'ਚ ਬਲਾਸਟ ਗੰਭੀਰ ਜ਼ਖਮੀ ਦੱਸੇ ਜਾ ਰਹੇ। ਬਿਆਸ ਦਰਿਆ 'ਚ 4 ਨੌਜਵਾਨ ਡੁੱਬਣ ਦੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਜਲੰਧਰ ਤੋਂ ਮੂਰਤੀ ਵਿਸਰਜਨ ਕਰਨ ਆਏ ਸਨ 4 ਨੌਜਵਾਨ। ਮੂਰਤੀ ਵਿਸਰਜਨ ਕਰਨ ਤੋਂ ਬਾਅਦ ਨਹਾਉਂਦੇ ਸਮੇਂ ਆ ਪੂਰਾ ਹਾਦਸਾ ਵਾਪਰਿਆ, ਜਦੋਂ ਕਿ 4 ਹੀ ਨੌਜਵਾਨ ਦਰਿਆ 'ਚ ਡੁੱਬ ਗਏ। ਗੋਤਾਖੋਰਾਂ ਦੇ ਵੱਲੋਂ ਇਹਨਾਂ ਦੀ ਭਾਲ ਲਗਾਤਾਰ ਜਾਰੀ, ਯਾਨੀ ਕਿ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਨੌਜਵਾਨ ਮੂਲ ਰੂਪ 'ਚ ਯੂਪੀ ਦੇ ਰਹਿਣ ਵਾਲੇ ਸਨ ਅਤੇ ਜਲੰਧਰ 'ਚ ਕਿਸੇ ਹੋਟਲ 'ਤੇ ਕੰਮ ਕਰਦੇ ਸਨ। ਅਤੇ ਉੱਪਰਲੇ ਪਾਸੇ ਤਸਵੀਰਾਂ ਤਮਾਮ ਨੌਜਵਾਨਾਂ ਦੀਆਂ ਅਤੇ ਦਰਿਆ 'ਚ ਆ ਡੁੱਬ ਗਏ, ਹਾਲਾਂਕਿ ਮੂਰਤੀ ਵਿਸਰਜਨ ਕਰਨ ਲਈ ਆ ਰਹੇ ਸੀ। ਬਾਅਦ 'ਚ ਇਹਨਾਂ ਦੇ ਵੱਲੋਂ ਦਰਿਆ 'ਚ ਹੀ ਨਹਾਇਆ ਗਿਆ, ਜਿਸ ਦੇ ਚੱਲਦੇ ਆ ਤਮਾਮ ਘਟਨਾ ਵਾਪਰੀ। ਹੇਠਲੇ ਪਾਸੇ ਤਸਵੀਰਾਂ, ਜੋ ਪੁਲਿਸ ਮੌਕੇ 'ਤੇ ਪਹੁੰਚੀ, ਹਾਲਾਂਕਿ ਜੋ ਗੋਤਾਖੋਰ ਨੇ ਉਹਨਾਂ ਦੇ ਵੱਲੋਂ ਇਹਨਾਂ 4 ਨੌਜਵਾਨਾਂ ਦੀ ਭਾਲ ਲਗਾਤਾਰ ਜਾਰੀ। ਅਤੇ ਬਿਆਸ ਦਰਿਆ 'ਚ 4 ਨੌਜਵਾਨ ਡੁੱਬ ਗਏ ਨੇ, ਹਾਲਾਂਕਿ ਗੋਤਾਖੋਰਾਂ ਦੇ ਵੱਲੋਂ ਇਹਨਾਂ ਦੀ ਭਾਲ ਲਗਾਤਾਰ ਜਾਰੀ ਹੈ। ਉੱਪਰਲੇ ਪਾਸੇ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ। ਬਿਆਸ ਦਰਿਆ ਤੋਂ ਇੱਕ ਵੱਡੀ ਖਬਰ ਜਿਹੜੀ ਹੈਗੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਅੰਮ੍ਰਿਤਸਰ ਜ਼ਿਲ੍ਹੇ ਦੇ ਅਧੀਨ ਪੈਂਦੇ ਦਰਿਆ ਬਿਆਸ ਦੇ ਖੇਤਰ ਦੇ ਵਿੱਚ ਅੱਜ ਕਹਿ ਸਕਦੇ ਹਾਂ ਕਿ 4 ਜਿਹੜੇ ਨੌਜਵਾਨ ਨੇ ਉਹ ਡੁੱਬਣ ਦੀ ਖਬਰ ਸਾਹਮਣੇ ਆਈ ਹੈ, ਔਰ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹ ਵੀ ਇੱਥੇ ਮੌਜੂਦ ਨੇ, ਔਰ ਇਹ ਜਿਹੜੇ ਲੋਕ ਸੀਗੇ ਇਹ ਦੱਸਿਆ ਜਾ ਰਿਹਾ ਹੈ ਕਿ ਇੱਥੇ ਮੂਰਤੀ ਵਿਸਰਜਨ ਕਰਨ ਦੇ ਲਈ ਆਏ ਸੀਗੇ, ਔਰ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਦੌਰਾਨ ਜਿਹੜੇ 4 ਯੁਵਕ ਸੀਗੇ, 4 ਜਿਹੜੇ ਨੌਜਵਾਨ ਸੀਗੇ ਉਹ ਇੱਥੇ ਦਰਿਆ ਦੇ ਪਾਣੀ ਦੇ ਵਿੱਚ ਉਸ ਸਮੇਂ ਨਹਾ ਕੇ ਹਟੇ ਸੀਗੇ, ਔਰ ਉਸ ਤੋਂ ਬਾਅਦ ਪਹਿਲਾਂ 3 ਨੌਜਵਾਨ ਜਿਹੜੇ ਨੇ ਉਹ ਲਾਪਤਾ ਹੁੰਦੇ ਨੇ, ਉਸ ਤੋਂ ਬਾਅਦ 1 ਨੌਜਵਾਨ ਜਿਹੜਾ ਹੋਰ ਹੈ ਉਹ ਉੱਥੋਂ ਲਾਪਤਾ ਹੋ ਜਾਂਦਾ। ਤਾਂ ਮੇਰੇ ਨਾਲ 1 ਨੌਜਵਾਨ ਦੇ ਜਿਹੜੇ ਪਿਤਾ ਨੇ ਉਹ ਮੌਜੂਦ ਨੇ, ਉਹਨਾਂ ਦੇ ਨਾਲ ਗੱਲ ਕਰਾਂਗੇ ਕੀ ਸਾਰਾ ਘਟਨਾਕ੍ਰਮ ਹੈਗਾ ਔਰ ਕਿਵੇਂ ਹੋਇਆ ਹੈਗਾ ਸਾਰਾ। ਕਿਆ ਨਾਮ ਹੈ ਆਪਕਾ? ਹਾਂਜੀ, ਪ੍ਰਕਾਸ਼। ਪ੍ਰਕਾਸ਼ ਜੀ, ਕਿਆ ਹੋਇਆ ਥਾ? ਉਹ ਨਹਾ ਰਹੇ ਥੇ, ਨਹਾਨੇ ਸੇ ਆਗੇ ਬੜ ਗਏ, ਡੁੱਬ ਗਏ। ਉਸਮੇ ਕਹਾਂ ਸੇ ਆਏ ਆਪ? ਗੜੇ ਸੇ। ਹਾਂਜੀ, ਜਲੰਧਰ ਗੜੇ ਸੇ। ਜਲੰਧਰ ਗੜੇ ਸੇ। ਹਾਂਜੀ, ਕਿਸ ਕੰਮ ਕੇ ਲਈ ਆਪ ਯਹਾਂ ਪੇ ਪਹੁੰਚੇ? ਮੂਰਤੀ ਲੈ ਕੇ ਆਏ ਥੇ। ਠੀਕ ਹੈ, ਮੂਰਤੀ ਦਫਨ ਕਰਨੇ ਕੇ ਲਈ। ਹੁਣ ਗੱਲ ਕਰਾਂਗੇ ਮੌਸਮ ਦੀ। ਪੰਜਾਬ 'ਚ ਫਿਰ ਬਦਲਿਆ ਹੈ ਮੌਸਮ ਦਾ ਮਿਜਾਜ਼, ਕਈ ਇਲਾਕਿਆਂ 'ਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਮੋਹਾਲੀ ਦੇ ਕਈ ਇਲਾਕਿਆਂ 'ਚ ਪਾਣੀ ਭਰ ਚੁੱਕਿਆ ਹੈ, ਅਤੇ ਅੱਜ ਅਤੇ ਕੱਲ੍ਹ ਦੇ ਲਈ ਮੌਸਮ ਵਿਭਾਗ ਦੇ ਵੱਲੋਂ, ਵੈਦਰ ਡਿਪਾਰਟਮੈਂਟ ਦੇ ਵੱਲੋਂ
ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਤੇ ਸੁਹਾਵੀਆਂ ਤਸਵੀਰਾਂ ਤੁਸੀਂ ਨਜ਼ਰ ਆ ਰਹੇ ਨੇ ਮੋਹਾਲੀ ਦੀਆਂ ਤਮਾਮ ਤਸਵੀਰਾਂ ਨੇ ਆ ਤਸਵੀਰਾਂ ਕੁਝ ਮਿੰਟਾਂ ਪਹਿਲਾਂ ਦੀਆਂ ਨੇ ਵੇਖਿਆ ਜਾ ਸਕੇ ਗੋਡੇ ਗੋਡੇ ਪਾਣੀ ਚਾਰ ਚੁਫੇਰੇ ਨਜ਼ਰ ਆ ਰਿਹਾ ਹੈ ਜੋ ਕਈ ਵਾਹਨ ਨੇ ਪਾਣੀ ਚੋਂ ਹੀ ਲੰਘਦੇ ਹੋਏ ਵਿਖਾਈ ਦੇ ਰਹੇ ਨੇ ਜੋ ਸੜਕਾਂ ਨੇ ਪਾਣੀ 'ਚ ਜਲ ਥਲ ਹੋਈਆਂ ਨਜ਼ਰ ਆ ਰਹੀਆਂ ਨੇ ਸੜਕਾਂ ਘੱਟ ਆ ਝੀਲ ਜ਼ਿਆਦਾ ਨਜ਼ਰ ਆ ਰਹੀ ਹੈ ਹਾਲਾਂਕਿ ਗੋਡੇ ਗੋਡੇ 'ਚ ਪਾਣੀ ਹੈ ਕਈ ਥਾਈਂ ਖੜ੍ਹ ਗਿਆ ਹੈ ਤਮਾਮ ਤਸਵੀਰਾਂ ਮੋਹਾਲੀ ਤੋਂ ਸਾਹਮਣੇ ਆਈਆਂ ਨੇ ਕੁਝ ਹੀ ਦੇਰ ਦੀ ਜੋ ਬਾਰਿਸ਼ ਨੇ ਪ੍ਰਸ਼ਾਸਨ ਦੀ ਪੋਲ ਕਿਤਨਾ ਕਿਤੇ ਖੋਲ੍ਹ ਕੇ ਰੱਖ ਦਿੱਤੀ ਹੈ ਤਮਾਮ ਸਕੂਲ ਬੱਸਿਸ ਤਸਵੀਰਾਂ 'ਚ ਨਜ਼ਰ ਆ ਰਹੀਆਂ ਨੇ ਸਵੇਰ ਦਾ ਸਮਾਂ ਹੈ ਸਾਡੀ ਗੱਲ ਹੈ ਕਿ ਸੋਮਵਾਰ ਹੈ ਅੱਜ ਵਰਕਿੰਗ ਡੇ ਹੈ ਲੋਕਾਂ ਨੇ ਆਪਣੇ ਕੰਮਾਂ ਕਾਜਾਂ 'ਤੇ ਜਾਣਾ ਹੁੰਦਾ ਹੈ ਸਵੇਰ ਦੇ ਵੇਲੇ ਇਨਫੈਕਟ ਸਭ ਤੋਂ ਪਹਿਲਾਂ ਅਤੇ ਜੋ ਸਕੂਲੀ ਬੱਚੇ ਨੇ ਉਹਨਾਂ ਨੇ ਹੀ ਸਕੂਲਾਂ 'ਚ ਜਾਣਾ ਹੁੰਦਾ ਹੈ ਕਈ ਬੱਚੇ ਬੱਸਾਂ ਦੇ ਜ਼ਰੀਏ ਸਕੂਲਾਂ 'ਚ ਜਾਂਦੇ ਨੇ ਅਤੇ ਕਈਆਂ ਨੂੰ ਜੋ ਮਾਂ ਪਿਓ ਨੇ ਉਹੀ ਛੱਡ ਕੇ ਆਉਂਦੇ ਨੇ ਪਰ ਇਹੋ ਜਿਹੀ ਜਦੋਂ ਸਿਚੁਏਸ਼ਨ ਕਿਤਨਾ ਕਿਤੇ ਹੋ ਜਾਏ ਸੜਕਾਂ 'ਤੇ ਗੋਡੇ ਗੋਡੇ ਪਾਣੀ ਚਾਰ ਚੁਫੇਰੇ ਹੋ ਜਾਏ ਅਤੇ ਆਮ ਲੋਕਾਂ ਦੇ ਲਈ ਕਿਤਨਾ ਕਿਤੇ ਖੱਜਲ ਖੁਆਰੀ ਦਾ ਸਬਬ ਜਿਹੜੇ ਉਹ ਬਣ ਜਾਂਦਾ ਹੈ ਤਮਾਮ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਮੋਹਾਲੀ ਦੀਆਂ ਜਿੱਥੇ ਕਿ ਜੋ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਜੋ ਹੈ ਖੋਲ੍ਹ ਕੇ ਇਸ ਕੁਝ ਹੀ ਘੰਟੇ ਦੀ ਬਾਰਿਸ਼ ਨੇ ਰੱਖ ਦਿੱਤੀ ਅਤੇ ਪੰਜਾਬ 'ਚ ਫਿਰ ਮੌਸਮ ਦਾ ਮਿਜਾਜ ਬਦਲਿਆ ਹੈ ਮੋਹਾਲੀ ਦੀਆਂ ਤਮਾਮ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਮੋਹਾਲੀ ਦੀਆਂ ਸੜਕਾਂ ਕਿਤਨਾ ਕਿਤੇ ਜਲਮਗਲ ਹੁੰਦੀਆਂ ਨਜ਼ਰ ਆ ਰਹੀਆਂ ਨੇ ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਰਾਠੀ ਲਾਈਵ ਜੁੜੇ ਹੋਏ ਨੇ ਮਨੋਜ ਮੋਹਾਲੀ ਦੀਆਂ ਤਮਾਮ ਤਸਵੀਰਾਂ ਅਸੀਂ ਵੇਖ ਪਾ ਰਹੇ ਹਾਂ ਕੁਝ ਹੀ ਦੇਰ ਦੀ ਬਾਰਿਸ਼ ਨੇ ਜੋ ਮੋਹਾਲੀ ਦੀਆਂ ਸੜਕਾਂ ਨੇ ਉਹ ਕਿਤਨਾ ਕਿਤੇ ਜਲਮਗਨ ਕਰ ਦਿੱਤੀਆਂ ਨੇ ਬਿਲਕੁਲ ਸਰਬਜੋਤ ਦੇਖੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਹਾਲਾਂਕਿ ਅੱਜ 2 ਤਰੀਕ ਦਾ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀਗਾ ਕਿਉਂਕਿ ਅੱਜ ਵੈਸਟਰਨ ਡਿਸਟਰਬੈਂਸ ਕਰਕੇ ਅਤੇ ਮੌਨਸੂਨ ਵੀ ਐਕਟਿਵ ਹੈ ਜਿਸ ਕਰਕੇ ਪੰਜਾਬ ਦੇ ਚੰਡੀਗੜ੍ਹ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੌਸਮ ਦਾ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੀ ਤਸਵੀਰਾਂ ਤੁਸੀਂ ਵੇਖੋ ਕਿ ਇਹ 11 ਫੇਜ਼ ਮੋਹਾਲੀ ਦੀ ਤਸਵੀਰਾਂ ਨੇ ਜਿੱਥੇ ਪਾਣੀ ਜਿਹੜਾ ਵਾਟਰ ਲੌਗਿੰਗ ਦੀ ਕਾਫੀ ਦਿੱਕਤ ਜਿਹੜੀ ਹੈਗੀ ਹੈ ਬਿਲਕੁਲ ਨਾਲ ਹੀ ਰੈਸੀਡੈਂਸ ਏਰੀਆ ਜਿੱਥੇ ਘਰਾਂ ਦੇ ਵਿੱਚ ਵੀ ਪਾਣੀ ਜਿਹੜਾ ਉਹ ਵੜ ਚੁੱਕਾ ਹੈ ਜਿਹੜੀ ਜਾਣਕਾਰੀ ਹੁਣ ਤੱਕ ਮਿਲੀ ਹੈ ਲੇਕਿਨ ਤੁਸੀਂ ਦੇਖੋ ਕਿ ਇਹ ਸੜਕ ਹੈ 11 ਫੇਜ਼ ਦੀ ਇਹ ਜਿਹੜਾ ਰੋਡ ਹੈ ਜਿੱਥੇ ਇੰਨਾ ਜ਼ਿਆਦਾ ਪਾਣੀ ਹੈ ਕਿ ਲੋਕਾਂ ਦੀ ਜਿਹੜੀ ਗੱਡੀਆਂ ਹੈ ਕਿਉਂਕਿ ਸਵੇਰ ਦਾ ਸਮਾਂ ਹੈ ਕਿਸੇ ਨੇ ਡਿਊਟੀ ਜਾਣਾ ਹੈ ਕਿਸੇ ਨੇ ਸਕੂਲ ਜਾਣਾ ਹੈ ਕਿਸੇ ਬੱਚਿਆਂ ਨੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪੂਰਾ ਰੋਡ ਜਿਹੜਾ ਉਹ ਵਾਟਰ ਲੌਗਿੰਗ ਕਰਕੇ ਬੰਦ ਹੋ ਚੁੱਕਿਆ ਹੁਣ ਤਸਵੀਰਾਂ ਤੁਸੀਂ ਵੇਖੋ ਲੋਕਾਂ ਦੀ ਗੱਡੀਆਂ ਵੀ ਖਰਾਬ ਹੋ ਚੁੱਕੀਆਂ ਜੋ ਕਿ ਆਪਣੀ ਗੱਡੀਆਂ ਨੂੰ ਪੈਦਲ ਹੀ ਤੋੜਦੇ ਨਜ਼ਰ ਆ ਰਹੇ ਨੇ ਕਈ ਲੋਕਾਂ ਦੀ ਗੱਡੀਆਂ ਖਤਮ ਹੋ ਚੁੱਕੀ ਹੈ ਖਰਾਬ ਹੋ ਚੁੱਕੀ ਹੈ ਡੈਮੇਜ ਕਿਉਂਕਿ ਪਾਣੀ ਭਰ ਚੁੱਕਿਆ ਕਈ ਲੋਕ ਸੜਕਾਂ ਦੇ ਖੜ੍ਹੇ ਨੇ ਹਾਲਾਂਕਿ ਇੱਥੇ ਨਗਰ ਨਿਗਮ ਦੀ ਟੀਮ ਜ਼ਰੂਰ ਪਹੁੰਚੀ ਹੋਈ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹ ਵਾਟਰ ਲੌਗਿੰਗ ਜਿਹੜੀ ਹੈ ਖਤਮ ਕੀਤੀ ਜਾਵੇ ਲੇਕਿਨ ਪਾਣੀ ਜ਼ਿਆਦਾ ਹੋਣ ਕਰਕੇ ਇਹ ਵਾਟਰ ਲੌਗਿੰਗ ਜਿਹੜਾ ਹੈਗਾ ਉਹ ਨਹੀਂ ਖਤਮ ਹੋ ਰਿਹਾ ਹਾਲਾਂਕਿ ਹਜੇ ਫਿਲਹਾਲ ਬਰਸਾਤ ਰੁਕੀ ਹੋਈ ਹੈ ਥੋੜ੍ਹੀ ਦੇਰ ਪਹਿਲਾਂ ਹੀ ਬਰਸਾਤ ਥੋੜ੍ਹੀ ਰੁਕੀ ਹੈ ਲੇਕਿਨ ਬਰਸਾਤ ਲਗਾਤਾਰ ਹੋਣ ਕਰਕੇ ਵਾਟਰ ਲੌਗਿੰਗ ਦੀ ਜਿਹੜੀ ਦਿੱਕਤ ਹੈ ਉਹ ਕਿਤੇ ਨਾ ਕਿਤੇ ਹਰ ਵਾਰ ਜਿਹੜੀ ਹੈ ਇਸ ਤਰ੍ਹਾਂ ਦੀ ਦਿੱਕਤਾਂ ਸਾਹਮਣੇ ਆਉਂਦੀ ਜਿਸ ਨੂੰ ਲੈ ਕੇ ਲੋਕ ਵੀ ਕਾਫੀ ਪਰੇਸ਼ਾਨ ਹੁੰਦੇ ਆ ਇੱਥੇ ਦੇ ਜਿਹੜੇ ਰੈਸੀਡੈਂਟਸ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲਾਂਗੇ ਸਰਬਜੋਤ ਕਿਉਂਕਿ ਬਹੁਤ ਸਾਰੀ ਚੀਜ਼ਾਂ ਨੇ ਸਰ ਕਿਉਂਕਿ ਇੱਥੇ ਦੇ ਜਿਹੜੇ ਰੈਸੀਡੈਂਟਸ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਰ ਲਗਾਤਾਰ ਇਸ ਤਰ੍ਹਾਂ ਦੀ ਦਿੱਕਤਾਂ ਆਉਂਦੀਆਂ ਕਿਉਂਕਿ ਰੈਸੀਡੈਂਸ ਏਰੀਆ ਵੀ ਬਿਲਕੁਲ ਨਾਲ ਹੀ ਹੈ ਸਰ ਹਰ ਵਾਰ ਬਾਰਿਸ਼ਾਂ ਦੇ ਵਿੱਚ ਇਹੀ ਹਾਲ ਹੁੰਦਾ ਜੀ 11 ਫੇਜ਼ ਬਹੁਤ ਬੁਰਾ ਹਾਲ ਹੈ ਤੁਹਾਡੇ ਸਾਹਮਣੇ ਹੀ ਹੈ ਕਿ ਕਿਸ ਤਰ੍ਹਾਂ ਗੱਡੀਆਂ ਫਸੀਆਂ ਹੋਈਆਂ ਔਰ ਅਗਰ ਤੁਸੀਂ ਅੰਦਰ ਕੁਆਟਰਾਂ ਦੇ ਵਿੱਚ ਜਾ ਕੇ ਦੇਖੋ ਉੱਥੇ ਵੀ ਕਿੰਨਾ ਕਿੰਨਾ ਪਾਣੀ ਖੜਾ ਹੈ ਠੀਕ ਹੈ ਔਰ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਬੜੇ ਹੁੰਦਾ ਜੀ ਤੇ ਨਗਰ ਨਿਗਮ ਦੀ ਟੀਮ ਜਾਂ ਪ੍ਰਸ਼ਾਸਨ ਦੀ ਟੀਮ ਕੋਈ ਕਿਉਂਕਿ ਜਿੱਦਾਂ ਤੁਸੀਂ ਪਹਿਲਾਂ ਵੀ ਸ਼ਿਕਾਇਤਾਂ ਕਰਦੇ ਰਹੇ ਹੋ ਤੁਸੀਂ ਕਾਫੀ ਪ੍ਰੋਟੈਸਟ ਵੀ ਕੀਤਾ ਹੈ ਲੇਕਿਨ ਇਹਦਾ ਕੋਈ ਹੱਲ ਨਹੀਂ ਨਿਕਲਿਆ ਸਰ ਤੁਹਾਡੇ ਸਾਹਮਣੇ ਹੀ ਹੈ ਜੀ ਥੋੜੀ ਜਿਹੀ ਬਰਸਾਤ ਕਰਕੇ ਉਸ ਤੋਂ ਬਾਅਦ ਇਦਾਂ ਦੀ ਹੁੰਦੀ ਹੈ ਹਾਂਜੀ ਤੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹਾਂਜੀ ਸਰ ਹਰ ਵਾਰ ਇਹੀ ਹਾਲ ਹੈ ਜੀ ਹਰ ਵਾਰ ਇਹੀ ਹਾਲ ਤੇ ਸਰਬਜੋਤ ਕਿਉਂਕਿ ਰੈਸੀਡੈਂਟਸ ਨੇ ਉਹਨਾਂ ਦਾ ਕਹਿਣਾ ਹੈ ਕਿ ਹਰ ਵਾਰ ਦਾ ਇਹੀ ਹਾਲ ਹੈ
ਤੇ ਰੈਸੀਡੈਂਟਸ ਦੇ ਜਿਹੜੇ ਨੇ ਉਹਨਾਂ ਦੇ ਘਰ ਦੇ ਵਿੱਚ ਪਾਣੀ ਵੜ ਜਾਂਦਾ ਹੈ ਔਰ ਥੋੜ੍ਹੀ ਜਿਹੀ ਬਰਸਾਤ ਕਰਕੇ ਤੁਸੀਂ ਤਸਵੀਰਾਂ 'ਤੇ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਇਸ ਵੇਲੇ ਬਣੇ ਹੋਏ ਨੇ ਕਿਉਂਕਿ ਬਿਲਕੁਲ ਪੂਰਾ ਰੋਡ ਜਿਹੜਾ ਹੈ ਉਹ ਬੰਦ ਹੋ ਚੁੱਕਿਆ ਹੈ ਔਰ ਕੋਈ ਆਵਾਜਾਈ ਕਿਉਂਕਿ ਹੁਣ ਨਹੀਂ ਇੱਥੇ ਗੱਡੀਆਂ ਜੇਕਰ ਤੁਸੀਂ ਅੰਦਰ ਵਾੜ ਦਿਓ ਤਾਂ ਇਹੀ ਹਾਲ ਹੋਏਗਾ ਜਿਹੜਾ ਇਹ ਭਰਾ ਜੀ ਗੱਡੀ ਲੈ ਕੇ ਆ ਰਹੇ ਹੈ ਕਿਉਂਕਿ ਇਹਨਾਂ ਦੀ ਗੱਡੀ ਇਹਨਾਂ ਨੇ ਅੰਦਰ ਵਾੜੀ ਤਾਂ ਇਹਨਾਂ ਦੀ ਗੱਡੀ ਬੰਦ ਹੋਊਗੀ ਤਾਂ ਇਹ ਰਿਸਕ ਵੀ ਜਿਹੜਾ ਹੈਗਾ ਉਹ ਨਹੀਂ ਲੈਣਾ ਚਾਹੀਦਾ ਕਿਉਂਕਿ ਪਾਣੀ ਦਾ ਜਿਹੜਾ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਕਿ ਡੀਪਲੀ ਹੈ ਜਿਸ ਕਰਕੇ ਗੱਡੀਆਂ ਜਿਹੜੀਆਂ ਉਹ ਬੰਦ ਹੋ ਚੁੱਕੀ ਹੁਣ ਤਸਵੀਰਾਂ ਤੁਸੀਂ ਵੇਖੋ ਇਹ ਗੱਡੀ ਜਿਹੜੀ ਹੈ ਭਾਜੀ ਗੱਡੀਆਂ ਜਿਹੜੀਆਂ ਇੱਥੇ ਰੋਕ ਚੁੱਕੀ ਹੈ ਆਵਾਜਾਈ ਜਿਹੜੀ ਹੈ ਗੱਡੀਆਂ ਦੀ ਯਾਨੀ ਲੋਕਾਂ ਦੀ ਜਿਹੜੀ ਆਵਾਜਾਈ ਹੈ ਉਹ ਵੀ ਹੋ ਚੁੱਕੀ ਹੈ ਹਾਲਾਂਕਿ ਰਿਸਕ ਹੈ ਬਹੁਤ ਵੱਡਾ ਰਿਸਕ ਹੈ ਜੇਕਰ ਤੁਸੀਂ ਡੀਪਲੀ ਦੇਖੋ ਤੁਸੀਂ ਜਿਹੜਾ ਬਾਈਕ ਸਵਾਰ ਹੈ ਉਹਨੇ ਕੋਸ਼ਿਸ਼ ਕੀਤੀ ਸੀ ਲੇਕਿਨ ਉਹ ਵਿੱਚ ਫਸ ਚੁੱਕਾ ਹੈ ਔਰ ਗੱਡੀਆਂ ਜਿਹੜੀਆਂ ਪਿੱਛੋਂ ਆ ਰਹੀਆਂ ਉਹ ਵੀ ਆਪਣੇ ਰਿਸਕ 'ਤੇ ਹੀ ਆ ਰਹੀਆਂ ਜੇਕਰ ਕੋਈ ਫਸ ਜਾਂਦਾ ਹੈ ਤਾਂ ਉਹਦੀ ਗੱਡੀ ਜਿਹੜੀ ਹੈ ਉਹ ਖਰਾਬ ਹੋ ਸਕਦੀ ਹੈ ਪਾਣੀ ਚੱਲ ਜਾਏਗਾ ਗੱਡੀ 'ਚ ਅਤੇ ਤਸਵੀਰਾਂ ਆਪਣੇ ਆਪ 'ਚ ਬਿਆਨ ਕਰਦੀ ਹੈ ਕਿ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਨਗਰ ਨਿਗਮ ਵੱਲੋਂ ਕਿ ਵਾਟਰ ਲੋਗਿੰਗ ਦੀ ਜਿਹੜੀ ਹੈ ਦਿੱਕਤਾਂ ਨਹੀਂ ਹੈਗੀ ਹੈ ਜਾਂ ਫਿਰ ਲਗਾਤਾਰ ਅਰੇਂਜਮੈਂਟਸ ਕੀਤੇ ਨੇ ਹੁਣ ਤੁਸੀਂ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਲੋਕ ਫਸਦੇ ਨਜ਼ਰ ਆ ਰਹੇ ਨੇ ਗੱਡੀਆਂ ਜਿਹੜੀਆਂ ਉਹ ਕਿਉਂਕਿ ਬਹੁਤ ਸਾਰੀ ਦਿੱਕਤਾਂ ਜਿਹੜੀਆਂ ਬਰਸਾਤ ਇੱਕਦਮ ਜ਼ਿਆਦਾ ਹੁੰਦੀ ਹੈ ਤਾਂ ਇਸ ਤਰ੍ਹਾਂ ਦੀ ਜਿਹੜੀ ਦਿੱਕਤ ਹੈ ਉਹ ਲਗਾਤਾਰ ਪੇਸ਼ ਆ ਰਹੀ ਹੈ ਔਰ ਇਹ ਪਹਿਲੀ ਵਾਰੀ ਨਹੀਂ ਹੈ ਕਿਉਂਕਿ ਜਿਹੜੇ ਰੈਸੀਡੈਂਟਸ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਹ ਪਹਿਲੀ ਵਾਰੀ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਦਿੱਕਤਾਂ ਜ਼ਰੂਰ ਸਾਹਮਣੇ ਆਈ ਹੈ ਪੇਸ਼ ਆਈ ਹੈ ਕਿ ਲੋਕਾਂ ਦੀ ਗੱਡੀਆਂ ਖਰਾਬ ਹੋ ਗਈ ਜਾਂ ਫਿਰ ਵਾਟਰ ਲੋਗਿੰਗ ਕਰਕੇ ਕਈ ਜਿਹੜੀ ਹੈਗੀ ਹੈ ਪਰੇਸ਼ਾਨੀਆਂ ਕਿਉਂਕਿ ਜਿੰਨਾ ਵੀ ਪਾਣੀ ਹੈ ਸਾਰਾ ਰੈਸੀਡੈਂਸ ਏਰੀਆ ਦੇ ਵਿੱਚ ਵੀ ਵੜ ਰਿਹਾ ਜਿਸ ਕਰਕੇ ਲਗਾਤਾਰ ਲੋਕਾਂ ਨੂੰ ਜਿਹੜੀ ਦਿੱਕਤਾਂ ਸਾਹਮਣੇ ਆ ਰਹੀ ਹੈ ਅਤੇ ਤਸਵੀਰਾਂ ਇਹ 11 ਫੇਜ਼ ਦੀ ਤਸਵੀਰਾਂ ਨੇ ਜਿੱਥੇ ਇਹ ਪੂਰਾ ਵਾਟਰ ਲੋਗਿੰਗ ਕਰਕੇ ਬਹੁਤ ਸਾਰੀ ਦਿੱਕਤਾਂ ਜਿਹੜੀ ਹੈ ਉਹ ਪੇਸ਼ ਆ ਰਹੀਆਂ ਤਾਂ ਇੱਥੇ ਦਾ ਪੂਰਾ ਰੋਡ ਜਿਹੜਾ ਹੈ ਉਹ ਬੰਦ ਹੋ ਚੁੱਕਾ ਹੈ ਯਾਨੀ ਆਵਾਜਾਈ ਜਿਹੜੀ ਹੈ ਉਹ ਬੰਦ ਹੋ ਚੁੱਕੀ ਹੈ ਇੱਥੇ ਪੂਰਾ ਹਾਲਾਂਕਿ ਇੱਥੇ ਪੁਲਿਸ ਵੀ ਲਾ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਕਹਿ ਸਕਦੇ ਕਿ ਫਿਲਹਾਲ ਹਜੇ ਵਾਟਰ ਲੋਗਿੰਗ ਨਹੀਂ ਨਿਕਲ ਰਿਹਾ ਯਾਨੀ ਕਿ ਜਿਹੜਾ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੋਇਆ ਅੱਗੇ ਜਾ ਕੇ ਇਹਨਾਂ ਸੀਵਰੇਜ ਜਿਹੜਾ ਹੈ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਲੇਕਿਨ ਫਿਲਹਾਲ ਕੋਈ ਫਾਇਦਾ ਨਹੀਂ ਨਜ਼ਰ ਆ ਰਿਹਾ ਕਿਉਂਕਿ ਪੂਰੀ ਸੜਕ ਕਹਿ ਸਕਦੀ ਅੱਗੇ ਤੱਕ ਪੂਰੀ ਜਿਹੜੀ ਰੋਡ ਹੈ ਉਹ ਵਾਟਰ ਲੋਗਿੰਗ ਕਰਕੇ ਬੰਦ ਹੈ ਸਰਬਜੋਤ ਜੀ ਜੀ ਬਹੁਤ ਬਹੁਤ ਸ਼ੁਕਰੀਆ ਮਨੋਜ ਸਾਨੂੰ ਤਮਾਮ ਤਸਵੀਰਾਂ ਵਿਖਾਉਂਦੇ ਰਹੋ ਤੇ 11 ਫੇਜ਼ ਚੰਡੀਗੜ੍ਹ ਦੇ ਬਿਲਕੁਲ ਹੀ ਨਾਲ ਲੱਗਦਾ ਪੂਰਾ ਇਲਾਕਾ ਹੈ ਚੱਪੇ ਚੱਪੇ ਤੇ ਗੋਡੇ ਗੋਡੇ ਪਾਣੀ ਥਾਂ ਥਾਂ ਤੇ ਨਜ਼ਰ ਆ ਰਿਹਾ ਹੈ ਹਾਲਾਂਕਿ ਕਿਹਾ ਜਾ ਸਕਦਾ ਹੈ ਕਿ ਜੋ ਸਵੇਰ ਦੇ ਵੇਲੇ ਲੋਕ ਆਪਣੇ ਕੰਮਾਂ ਕਾਜਾਂ ਤੇ ਜਾ ਰਹੇ ਨੇ ਜੋ ਬੱਚੇ ਸਕੂਲ ਜਾ ਰਹੇ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਲੋਕਾਂ ਦੀਆਂ ਗੱਡੀਆਂ ਖਰਾਬ ਹੋ ਗਈਆਂ ਹਰ ਜੀ ਗੱਲ ਹੈ ਕਿ ਜਦੋਂ ਤੁਸੀਂ ਇੰਨੀ ਜ਼ਿਆਦਾ ਤਾਦਾਦ 'ਚ ਪਾਣੀ ਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੀ ਗੱਡੀਆਂ 'ਚ ਇੰਜਨ 'ਚ ਪਾਣੀ ਪੈ ਜਾਂਦਾ ਹੈ